बचपन चला गया, जवानी चली गई, जिंदगी की कीमती निशानी चली गई। बचपन दी यादां कई बार तुहानूं बहुत फ्रैश कर जांदियां, बहुत ताज़ा कर जांदियां। मैनूं भी याद है जी, बचपन दे विच एक बार मैं भी चंगे भले घर च स्यापा पा के बह गया अपने। मैं छोटा जिहा हुंदा सी, दादी जी साडे करी साडे कोल रहिंदे सी, करी साडे चाचा जी कोल रहिंदे हुंदे सी। ਉਹ ਮੇਰੇ ਦਾਦੀ ਜੀ 7-8 ਮਹੀਨੇ ਚਾਚੇ ਕੋਲ ਲਾ ਕੇ ਸਾਡੇ ਘਰ ਆਏ, ਆਉਂਦਿਆਂ ਮੈਂ ਸ਼ਾਮ ਨੂੰ ਕਲੇਸ਼ ਪਾਤਾ, ਕਿਉਂਕਿ ਮੈਨੂੰ ਪਤਾ ਨਹੀਂ ਸੀ ਕਿਹੜੀ ਗੱਲ ਕਰਨੀ ਹੁੰਦੀ ਕਿਹੜੀ ਨਹੀਂ ਕਰਨੀ ਹੁੰਦੀ। ਮੈਂ ਜਾ ਕੇ ਦਾਦੀ ਕੋਲ ਖੜੇ ਪੈ ਗਿਆ, ਮੈਂ ਕਿਹਾ ਦਾਦੀ ਮੰਮਾ ਤੁਹਾਨੂੰ ਐਕਟਿੰਗ ਕਰਨੀ ਆਉਂਦੀ ਹੈ ਨਾ, ਤੁਸੀਂ ਕੰਮ ਕਰਦੇ ਨਾਟਕਾਂ 'ਚ? ਨਹੀਂ ਬੇਟੇ, ਮੈਂ ਤਾਂ ਨਹੀਂ ਨਾਟਕਾਂ 'ਚ ਕੰਮ ਕਰਦੀ, ਮੈਨੂੰ ਪਤਾ ਝੂਠ ਬੋਲਦੇ ਤੁਸੀਂ, ਤੁਸੀਂ ਨਾਟਕਾਂ 'ਚ ਕੰਮ ਕਰਦੇ ਹੋ, ਤੁਹਾਨੂੰ ਐਕਟਿੰਗ ਕਰਨੀ ਆਉਂਦੀ ਹੈਗੀ ਨਾ। ਬੋਲੀ ਨਹੀਂ ਬੇਟੀ, ਮੈਂ ਬਿਲਕੁਲ ਨਹੀਂ ਐਕਟਿੰਗ ਕਰਨੀ ਆਉਂਦੀ ਮੈਨੂੰ, ਮੈਂ ਤੈਨੂੰ ਕਿੰਨੇ ਕਿਹਾ ਮੈਨੂੰ ਨਾਟਕ ਕਰਨੇ ਆਉਂਦੇ? ਝੂਠ ਬੋਲਦੇ ਦਾਦੀ ਮੰਮਾ ਕਹਿੰਦੇ। ਬੇਟੇ ਤੈਨੂੰ ਕਿੰਨੇ ਕਿਹਾ ਮੈਂ ਐਕਟਿੰਗ ਕਰਦੀ ਹਾਂ? ਮੰਮਾ ਮੰਮਾ ਸਵੇਰੇ ਡੈਡੀ ਨੂੰ ਕਹਿੰਦੇ ਪਏ ਸੀ, ਆ ਗਈ ਬੁੱਢੀ, ਹੁਣ ਇਸ ਘਰ 'ਚ ਰੋਜ਼ ਨਵੇਂ ਨਾਟਕ ਹੋਣਗੇ। ਐਸੀ ਐਪਰੀਸੀਏਸ਼ਨ ਮਿਲੀ ਨਾ ਮੈਨੂੰ ਉਸ ਦਾਦੀ ਦੀ ਤਾਰੀਫ ਦੀ, ਛੇਤਰੋ ਛੇਤਰੀ ਹੋਇਆ ਮੈਂ ਫਿਰ। ਸੋ ਮੈਂ ਤੁਹਾਨੂੰ ਦੱਸਣ ਡਿਆ ਸੀ ਕਿ ਬਚਪਨ ਦੀਆਂ ਐਸੀਆਂ ਖੂਬਸੂਰਤ ਯਾਦਾਂ ਤੁਹਾਡਾ ਸਰਮਾਇਆ ਬਣ ਜਾਂਦੀਆਂ। ਇੱਕ ਵਾਰੀ ਹੋਰ ਬਹੁਤ ਕੁੱਟ ਖਾਧੀ ਮੈਨੂੰ, ਉਹ ਵੀ ਟਾਈਮ ਯਾਦ ਹੈ। ਘਰ ਨਵਾਂ ਮੇਰੇ ਡੈਡੀ ਨੇ ਟਾਈਮ ਪੀਸ ਲਿਆ ਕੇ ਰੱਖਿਆ, ਬੱਚੇ ਸਵੇਰੇ ਸਕੂਲ ਜਾਣ ਲੱਗਿਆ ਲੇਟ ਹੋ ਜਾਂਦੇ ਨੇ ਘਰੋਂ, ਕਈ ਵਾਰ ਘਰ ਦੇ ਚਲੇ ਜਾਣ ਸਿਆਣੇ, ਤਾਂ ਬੱਚੇ ਦੇ ਮਨ 'ਚ ਕੋਈ ਨਾ ਕੋਈ ਹੁਸ਼ਿਆਰੀ ਜ਼ਰੂਰ ਆਉਂਦੀ ਹੈ ਵੀ ਵਿਹਲਾ ਬੈਠਾ ਕੀ ਕਰਾਂ, ਦਿਮਾਗ 'ਚ ਆਉਂਦਾ ਚਲੋ ਕੋਈ ਚੰਗਾ ਕੰਮ ਕਰੀਏ। ਉਹ ਮੈਂ ਚੰਗਾ ਕੰਮ ਐਸਾ ਕੀਤਾ, ਆਉਂਦੇ ਤਾਂ ਮੇਰੇ ਛੇਤਰ ਪਏ, ਮੈਂ ਡੈਡੀ ਨੂੰ ਦੱਸਿਆ ਆਉਂਦਿਆਂ ਹੀ, ਮੈਂ ਡੈਡੀ ਇਹ ਤੁਸੀਂ ਕੱਲ੍ਹ ਘੜੀ ਲਿਆਂਦੀ ਸੀ ਨਾ, ਤੁਹਾਡੇ ਮਗਰੋਂ ਮੈਂ ਸਰਫ ਨਾਲ ਚੰਗੀ ਤਰ੍ਹਾਂ ਧੋ ਦਿੱਤੀ। ਉਹ ਐਸੀ ਘੜੀ ਪਿਓ ਨੂੰ ਵਿਖਾਈ, ਉਹ ਘੜੀ ਜਾਏ ਤੇ ਆਹ ਘੜੀ ਆਏ, ਮੁੜ ਕੇ ਮੇਰਾ ਉਸ ਘੜੀ ਵੱਲ ਵੇਖਣ ਨੂੰ ਦਿਲ ਨਹੀਂ ਕੀਤਾ। ਸਾਡਾ ਹਾਸਿਆਂ ਦਾ ਇੱਕ ਹੋਰ ਚੈਂਪੀਅਨ ਯਾਨੀ ਕਿ ਇੱਕ ਹੋਰ ਕਰੁੰਡੀਆ ਨਾਗ ਜਿਹੜਾ, ਉਹ ਵੀ ਤਰਲੋ ਮੱਛੀ ਹੋ ਰਿਹਾ ਸੀ ਸਟੇਜ ਤੇ ਉਹਨੂੰ। ਸੋ ਪਲੀਜ਼ ਵੈਲਕਮ ਕਪਿਲ ਸ਼ਰਮਾ। ਲਓ ਜੀ, ਸਾਡੇ ਯਾਰ ਦਲੇਰ ਸਿੰਘ ਨੂੰ ਕਿਹੜਾ ਬੰਦਾ ਨਹੀਂ ਜਾਣਦਾ, ਤੁਸੀਂ ਸਾਰੇ ਜਾਣਦੇ ਹੋ, ਦਿਨ ਦਾ ਸ਼ਰਾਬੀ ਦਲੇਰ। ਸੋ ਦਲੇਰ ਦੇ ਕੰਮ ਬੜੇ ਪੁੱਠੇ ਨੇ, ਉਹਦੀਆਂ ਗੱਲਾਂ ਬੜੀਆਂ ਪੁੱਠੀਆਂ ਨੇ। ਪਿੱਛੇ ਦਲੇਰ ਆਰਮੀ 'ਚ ਭਰਤੀ ਹੋ ਗਿਆ, ਮੈਂ ਦਲੇਰ ਨੂੰ ਪੁੱਛਿਆ, ਮੈਂ ਕਿਹਾ ਦਲੇਰ ਆਰਮੀ 'ਚ ਭਰਤੀ ਹੋ ਗਿਆ, ਕੋਈ ਦੁਸ਼ਮਣ ਦੁਸ਼ਮਣ ਮਾਰਿਆ ਕਿ, ਐਵੇਂ ਗੱਲਾਂ ਹੀ ਕਰਦੇ ਰਿਹਾ? ਕਹਿੰਦਾ ਮਾਰਿਆ ਕਿਉਂ ਨਹੀਂ, ਪਿੱਛੇ ਜੰਗ ਲੱਗੀ, ਦੁਸ਼ਮਣ ਨੱਠਿਆ ਆਵੇ, ਮੇਰੇ ਡੋਲੇ ਫੜਫੜਾਏ ਜਿੰਨੇ ਕੁ ਹੈਗੇ ਆ, ਮੈਂ ਆਪਣੀ ਬੰਦੂਕ ਤੋਂ ਛੁਰੀ ਲਾਈ, ਜਾ ਕੇ ਦੁਸ਼ਮਣ ਦੇ ਗੋਡੇ ਦੇ ਥੱਲੇ ਮਾਰੀ, ਦੁਸ਼ਮਣ ਦੀ ਲੱਤ ਵੱਢ ਕੇ ਘਰ ਲਾਇਆ। ਮੈਂ ਕਿਹਾ ਤੂੰ ਸਿਰ ਕਿਉਂ ਵੱਢਿਆ? ਸਿਰ ਭਲਾਵਾ ਤਾਂ ਪਹਿਲਾਂ ਹੀ ਵੱਢਿਆ ਹੋਇਆ ਸੀ। ਉਹ ਦਲੇਰ ਦੇ ਕੰਮ ਸਾਰੇ ਪੁੱਠੇ ਨੇ, ਉੱਤੋਂ ਸਲਾਹਾਂ ਬੜੀਆਂ ਪੁੱਠੀਆਂ ਦਿੰਦਾ ਨੇ। ਦਲੇਰ ਦਾ ਵੱਡਾ ਭਰਾ ਵਾ, ਉਹਦੀ ਕੁੜੀ ਨੂੰ ਪਸੰਦ ਕਰਨ ਵਾਲੇ ਆ ਗਏ, ਉਹਨਾਂ ਨੂੰ ਕੁੜੀ ਇੰਨੀ ਕੁ ਪਸੰਦ ਆਈ ਵੀ ਉਹਦੇ ਪਿਓ ਨੇ ਇੱਥੋਂ ਤੱਕ ਗੱਲ ਕਹਿਤੀ ਵੀ ਤੁਸੀਂ ਆਪਣੀ ਕੁੜੀ ਦਾ ਵਿਆਹ ਸਾਡੇ ਮੁੰਡੇ ਨਾਲ ਕਰ ਦਿਓ, ਅਸੀਂ ਕੁੜੀ ਦੇ ਬਰਾਬਰ ਦਾ, ਕੁੜੀ ਦੇ ਭਾਰ ਜਿੰਨਾ ਬਿਲਕੁਲ ਅਸੀਂ ਤੁਹਾਨੂੰ ਸੋਨਾ ਦੇਵਾਂਗੇ। ਉਹਨੇ ਦਲੇਰ ਕੋਲ ਸਲਾਹ ਲੈ ਲਈ, ਕਹਿੰਦਾ ਦਲੇਰ ਕਿੱਦਾਂ ਕਰੀਏ? ਕਹਿੰਦਾ ਇੱਦਾਂ ਕਰ, ਤੂੰ ਉਹਨਾਂ ਕੋਲ ਟਾਈਮ ਮੰਗਦਾ ਥੋੜ੍ਹਾ ਜਿਹਾ। ਕਹਿੰਦਾ ਕਿ ਟਾਈਮ ਕੱਲ੍ਹ ਲਈ ਸੋਚਣ ਲਈ? ਔਰ ਨਹੀਂ ਭਰਾਵਾ, ਕੁੜੀ ਦਾ ਭਾਰ ਵਧਾ ਤੂੰ, ਜਿੰਨਾ ਕੁੜੀ ਦਾ ਭਾਰ ਵਧੂ ਨਾ ਸੋਨਾ ਜ਼ਿਆਦਾ ਆਊਗਾ। ਦਲੇਰ ਦਾ ਵਿਆਹ ਹੋ ਗਿਆ, ਜਿਸ ਦਿਨ ਦਲੇਰ ਦਾ ਵਿਆਹ ਸੀਗਾ, ਦਲੇਰ ਗੁੱਸੇ ਦੇ ਵਿੱਚ ਭੱਜਿਆ ਫਿਰੇ ਸਟੇਜ ਦੇ ਥੱਲੇ ਥੱਲੇ ਲੜੇ ਵਾਲੀ ਕਿਰਪਾਨ ਫੜ ਕੇ। ਉਹ ਸਿੰਗਰ ਜਿਹੜਾ ਗਾਉਣ ਡਿਆ ਸੀ ਵਿਚਾਰਾ ਬਿਸੂਰਾ ਜਿਹਾ ਗਾਉਣ ਡਿਆ ਸੀ, ਦਲੇਰ ਨੂੰ ਗੁੱਸਾ ਚੜ ਗਿਆ। ਸਿੰਗਰ ਨੇ ਪੁੱਛ ਲਿਆ, ਕਹਿੰਦਾ ਭਾਅ ਜੀ ਜੇ ਕੋਈ ਗਲਤੀ ਹੋਈ ਤਾਂ ਮਾਫ਼ੀ ਚਾਹੁੰਦੇ ਹਾਂ। ਕਹਿੰਦਾ ਨਹੀਂ ਭਰਾ, ਤੂੰ ਗਾ, ਯੂ ਕੈਰੀ ਓਨ, ਮੈਂ ਤਾਂ ਉਹਨੂੰ ਕੰਜਰ ਨੂੰ ਲੱਭਣਾ ਜਿਹੜਾ ਤੈਨੂੰ ਉੱਥੇ ਸੱਦ ਕੇ ਲਿਆ। ਲਓ ਜੀ, ਦਲੇਰ ਦਾ ਐਸਾ ਵਿਆਹ ਹੋਇਆ, ਐਸਾ ਮੰਦ ਭਾਗਾ ਵਿਚਾਰਾ, ਉਹਦੀ ਕਦੀ ਉਹਦੀ ਜਨਾਨੀ ਦੇ ਨਾਲ ਬਣੀ ਨਹੀਂ, ਜਨਾਨੀ ਨਾਲ ਕੇਸ ਚੱਲ ਪਿਆ ਜੀ ਦਲੇਰ ਦਾ। ਹੁਣ ਅਦਾਲਤ 'ਚ ਕੇਸ ਚੱਲਣ ਡਿਆ, ਦਲੇਰ ਨੇ ਆਪਣੀ ਜਨਾਨੀ ਦਾ ਗੁੱਟ ਤੋੜਤਾ। ਹੁਣ ਗੁੱਟ ਤੋੜਤਾ ਤੇ ਜੱਜ ਸਾਹਿਬ ਨੇ ਦਲੇਰ ਨੂੰ ਵਾਰਨਿੰਗ ਦੇ ਕੇ ਛੱਡਤਾ ਵੀ ਦਲੇਰ ਜੀ ਜੇ ਗਾਂਹ ਤੇ ਉਹਦਾ ਦੀ ਗਲਤੀ ਹੋਈ ਤੇ ਤੁਹਾਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ। ਅਗਲੇ ਦਿਨ ਫਿਰ ਉਸੇ ਅਦਾਲਤ 'ਚ ਕੇਸ ਆ ਗਿਆ, ਜੋ ਉਹਨੇ ਦੂਜਾ ਗੁੱਟ ਵੀ ਤੋੜਤਾ। ਜੱਜ ਨੇ ਪੁੱਛਿਆ, ਦਲੇਰ ਸਿੰਘ ਜੀ ਇਹ ਕੀ ਕੀਤਾ ਤੁਸੀਂ ਦੂਜਾ ਗੁੱਟ ਵੀ ਤੋੜਤਾ? ਕਹਿੰਦਾ ਇੱਕ ਮਿੰਟ ਜੱਜ ਸਾਹਿਬ, ਸਜ਼ਾ ਦੇਣ ਤੋਂ ਪਹਿਲਾਂ ਮੇਰੀ ਗੱਲ ਸੁਣ ਲਓ, ਜਦੋਂ ਮੈਂ ਘਰ ਗਿਆ ਨਾ, ਜਦੋਂ ਤੁਸੀਂ ਮੈਨੂੰ ਕੱਲ੍ਹ ਕਿਹਾ ਵੀ ਗਾਂਹ ਤੋਂ ਗਲਤੀ ਨਾ ਹੋਵੇ, ਮੈਂ ਘਰੇ ਗਿਆ ਵਾਂ ਤੇ ਮੈਨੂੰ ਪਤਾ ਕੀ ਕਹਿੰਦੀ? ਮੈਨੂੰ ਕਹਿੰਦੀ ਪਤਾ ਨਹੀਂ ਕਿਹੜਾ ਬੇਵਕੂਫ ਜੱਜ ਤੈਨੇ ਤੈਨੂੰ ਛੱਡਤਾ, ਮੇਰੇ ਵਰਗੀ ਹੁੰਦੀ ਤੇ ਤੈਨੂੰ ਉਮਰ ਕੈਦ ਦੇ ਦਿੱਤੀ। ਤੁਹਾਡੀ ਬੇਇੱਜ਼ਤੀ ਮੈਨੂੰ ਬਰਦਾਸ਼ਤ ਨਹੀਂ ਹੋਈ, ਮੈਂ ਗੁੱਸੇ 'ਚ ਆ ਕੇ ਦੂਜਾ ਗੁੱਟ ਤੋੜਤਾ। ਮੈਂ ਦਲੇਰ ਦੇ ਘਰੇ ਗਿਆ ਵਾਂ ਤੇ ਭਾਬੀ ਸਾਡੀ ਨੇ ਵੇਲਣਾ ਫੜਿਆ, ਦਲੇਰ ਬੈੱਡ ਦੇ ਥੱਲੇ ਵੜਿਆ ਪਿਆ। ਭਾਬੀ ਕਹਿੰਦੀ ਬਾਹਰ ਨਿਕਲ ਹਾਂ ਬੰਦਰਾ ਜਿਹਾ, ਹੁਣ ਹਿੰਮਤ ਹੈਗੀ ਤੇ ਬਾਹਰ ਆ ਗੱਲ ਕਰ। ਮੈਂ ਕਿਹਾ ਬਾਹਰ ਆਵਾਂ, ਮੈਂ ਘਰ ਦਾ ਮਾਲਕ, ਜਿੱਥੇ ਮੇਰਾ ਦਿਲ ਕਰੂ ਮੈਂ ਉੱਥੇ ਰਹੂੰ, ਤੂੰ ਆਹ ਮੋਟੀ ਜੀ ਬੈੱਡ ਦੇ ਥੱਲੇ ਤੇ ਰੁਕਵਾ ਜਾਂਦਾ। ਮੈਂ ਚਲਾ ਗਿਆ, ਮੈਂ ਕਿਹਾ ਦਲੇਰ ਗੱਲ ਕੀ ਹੋਈ ਹੈ? ਕਹਿੰਦੀ ਭਾਜੀ ਉਤਰ ਜਾਣੀ ਦਾ ਗੰਦਾ ਜੇ ਨਾ, ਮੈਂ ਨੇ ਕਿਹਾ 2 ਮਿੰਟ ਨਿਆਣੇ ਚੁੱਪ ਕਰਾ ਲਾ, ਨਿਆਣੇ ਰੋਣ ਦੇ ਮੈਂ ਰੋਟੀਆਂ ਲਾ ਲਾਂ, ਤੇ ਭਾਜੀ ਰੋਟੀ ਲਾਈ ਨਹੀਂ ਤੇ ਮਰ ਜਾਣੇ, ਮੇਰਾ ਧਿਆਨ ਸਾਰਾ ਰੋਟੀਆਂ ਵੱਲ ਲੱਗਾ ਰਿਹਾ ਸੀ, ਇਹ ਬੱਚੇ ਨੇ ਸਾਂਭੇ ਨਹੀਂ, ਮੈਂ ਇੱਧਰ ਆ ਗਈ ਬੱਚੇ ਨੂੰ ਫੜਨ ਤੇ ਉੱਧਰ ਰੋਟੀ ਸੜ ਗਈ, ਤੇ ਇਹ 'ਚ ਭੌਂਕਣ ਨਹੀਂ ਕਿਹੜੀ ਗੱਲ, ਰੋਟੀ ਸੜ ਗਈ ਤੇ ਰੋਟੀ ਨੂੰ ਬਰਨਾਉਣ ਲੱਗਦੇ, ਐਵੇਂ ਔਖੀ ਹੋਈ ਜਾਂਦੀ ਹੈ, ਐਵੇਂ ਮੇਰੀ ਬੇਇੱਜ਼ਤੀ ਕਰਾਉਣੀ ਨਹੀਂ ਥਾਂ ਥਾਂ ਤੇ। ਕਹਿੰਦੀ ਮਰ ਜਾਣੇ ਬੇਇੱਜ਼ਤੀ ਤੂੰ ਕਰਾਉਣਾ ਵਾ, ਕਪਿਲ ਭਾਜੀ ਗੱਲ ਸੁਣੋ, ਪਰਸੋਂ ਦੀ ਗੱਲ, ਸਾਡੇ ਘਰ ਪ੍ਰਾਹੁਣੇ ਆਏ। ਮੈਂ ਕਿਹਾ ਅੱਛਾ ਫਿਰ ਕੀ ਆ?
ਆਉਣਾ ਕੀ ਸੀ? ਸਾਨੂੰ ਪੁੱਛ ਲੱਗ ਪਈ ਵੀ ਭੈਣ ਜੀ ਤੁਸੀਂ ਹਨੀਮੂਨ 'ਤੇ ਕਿੱਥੇ ਗਏ ਸੀ? ਅਤੇ ਮੈਂ ਕਿਹਾ ਭਾਅ ਜੀ ਅਸੀਂ ਤਾਂ ਸ਼ਿਮਲੇ ਗਏ ਹਾਂ, ਅਤੇ ਸਾਨੂੰ ਕਹਿੰਦੇ ਵੀ ਤੁਸੀਂ ਆਪਣਾ ਹੋਟਲ ਦੱਸੋ ਤੁਸੀਂ ਕਿੱਥੇ ਗਏ ਸੀ, ਅਸੀਂ ਵੀ ਉੱਥੇ ਜਾਵਾਂਗੇ, ਸਾਨੂੰ ਕਿਸੇ ਦਾ ਐਡਰੈਸ ਨਹੀਂ ਪਤਾ ਵੀ। ਅਤੇ ਮੈਂ ਕਿਹਾ ਭਾਅ ਜੀ ਹੋਟਲ 'ਤੇ ਮੈਨੂੰ ਯਾਦ ਨਹੀਂ, ਅਤੇ ਮਰ ਜਾਣ ਦੇ ਵੇਲੇ ਕੀ ਕਰਤੂਤ ਕੀਤੀ? ਮੈਂ ਕਿਹਾ ਭਾਅ ਜੀ ਕੀ ਕਰਤੂਤ ਕੀਤੀ? ਇਹ ਮਰ ਜਾਣਾ ਭੱਜਾ ਭੱਜਾ ਅੰਦਰ ਗਿਆ ਰਸੋਈ 'ਚ, ਉੱਥੋਂ ਜੱਗ ਚੁੱਕ ਲਿਆ ਅਤੇ ਜੱਗ ਪੁੱਠਾ ਕਰਕੇ ਪੜ੍ਹ ਕੇ ਆਉਂਦਾ, ਭਾਅ ਜੀ ਅਸੀਂ ਗੋਪਾਲ ਗੈਸਟ ਉਠਾ ਰਹੇ ਹਾਂ, ਥਾਂ ਥਾਂ 'ਤੇ ਮੇਰੀ ਬੇਇੱਜ਼ਤੀ ਕਰਾਉਣ ਡਿਆ। ਬਕਵਾਸ ਨਾ ਕਰਨੀ, ਥਾਂ ਥਾਂ 'ਤੇ ਬੇਇੱਜ਼ਤੀ ਤੇਰੇ ਨਿਆਣੇ ਕਰਾਉਣ ਡੇ ਮੇਰੀ, ਐਡੇ ਗੰਦੇ ਨਿਆਣੇ ਜੰਮੇ ਹੀ ਨੇ, ਪਰਸੋਂ ਮੈਂ ਸ਼ੱਕਰਕੰਦੀ ਲੈ ਗਿਆ, ਮੈਨੂੰ ਕਹਿੰਦੇ ਪਾਪਾ ਸ਼ੱਕਰ ਅਸੀਂ ਖਾ ਲੈਂਦੇ ਹਾਂ ਅਤੇ ਗੰਦੀ ਗੰਦੀ ਤੂੰ ਖਾ ਲਾ, ਇੱਦਾਂ ਦੇ ਗੰਦੇ ਨਿਆਣੇ ਨੇ ਜੰਮੇ ਹੋਏ। ਕਹਿੰਦੀ ਮਰ ਜਾਣੇ, ਮੈਨੂੰ ਪਤਾ ਬਕਵਾਸ ਨਾ ਕਰ, ਔਲਾਦ ਵੀ ਤੇਰੀ ਆ, ਮੈਂ ਕਿਹੜਾ ਦਾਜ 'ਚ ਲੈ ਕੇ ਆਉਂਦੀ? ਮੈਨੂੰ ਕੀ ਪਤਾ ਦਾਜ 'ਚ ਲਿਆਂਦੀ ਕਿ ਨਹੀਂ ਲਿਆਂਦੀ, ਮੈਂ ਕਹਿੰਦਾ ਤੇਰੀ ਦਾਜ ਵਾਲੀ ਪੇਟੀ ਖੋਲ੍ਹ ਕੇ ਵੇਖੀਏ ਨੀ। ਕਹਿੰਦੇ ਬਕਵਾਸ ਨਾ ਕਰ, ਮੈਂ ਬੱਚੇ ਪਤਾ ਰੱਬ ਕੋਲ ਸੁੱਖਾ ਮੰਗ ਲਏ ਆ। ਭਾਅ ਜੀ ਮੈਂ ਜਾ ਕੇ ਬਗੀਚੀ ਵਾਲੇ ਬਾਬੇ 'ਤੇ ਜਾ ਕੇ ਨਾ ਦੇਸੀ ਘਿਓ ਦਾ ਦੀਵਾ ਬਾਲ ਕੇ ਆਈ ਹਾਂ, ਤਾਂ ਜਾ ਕੇ ਰੱਬ ਨੇ ਮੈਨੂੰ ਐਡੇ ਪਿਆਰੇ ਪਿਆਰੇ ਗਿਫਟ ਦਿੱਤੇ ਆ। ਅਤੇ ਦੀਵਾ ਚੰਗਾ ਦੀਵਾ ਬਾਲ ਕੇ ਆਈ ਹੈ, ਨਿਆਣੇ ਦੇ ਨਿਆਣੇ ਜੰਮੀ ਜਾਣ ਡਈ ਹੈ, ਦੀਵਾ ਤੇਰੇ ਪਿਓ ਨੇ ਬੁਝਾਉਣਾ ਸੀ ਜਾ ਕੇ, ਜਾਂ ਜਾ ਕੇ ਦੀਵੇ ਨੂੰ ਫੂਕ ਮਾਰ ਕੇ ਲੈਣੀ ਜੀ, ਇਹਨਾਂ ਵਿੱਚ ਤੇਰਾ ਘਰ ਗਿਫਟੋ ਗਿਫਟ ਹੀ ਹੋਇਆ ਮੁੰਡਾ। ਦੋਸਤੋ ਦਲੇਰ ਸਿੰਘ ਦੀਆਂ ਗੱਲਾਂ ਕਦੇ ਮੁੱਕਣੀਆਂ ਨਹੀਂ, ਸੋ ਫਿਰ ਕਿਤੇ ਟਾਈਮ ਲੱਗਾ ਅਤੇ ਤੁਹਾਡੇ ਨਾਲ ਦਲੇਰ ਦੀਆਂ ਗੱਲਾਂ ਜ਼ਰੂਰ ਸਾਂਝੀਆਂ ਕਰਾਂਗਾ। ਥੈਂਕ ਯੂ ਵੈਰੀ ਮੱਚ।